हाँ जी, सत श्री अकाल जी सारिआं नूं। की हाल चाल आ तुहाडा सारिआं दा? तुसीं बहुत ये चीज़ां देखियां होणियां वी, लोकी कैनेडा नूं तां आई जांदे ने स्टडी वीज़े ते, पर कोई यूएसए क्यों नहीं जांदा? यूएसए जे जांदे आ तां बहुत घट जांदे ने। की यूएसए ने कोई वीज़ा बंद कीता होया? की रिक्वायरमेंट हैगीआं ने जेकर असीं यूएसए दे विच स्टडी वीज़े ते जाणा? अज इस ते डिस्कस करांगे, सारिआं चीज़ां तुहानूं प्रॉपरली दस्सांगे वी किहड़ियां किहड़ियां चीज़ां दे विच हुंदियां ने, ते जेकर तुसीं यूएसए दे लई इंट्रस्टड हैगे हो ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਹੁੰਦਾ ਕੀ ਆ ਇਹ, ਜੇ ਆਪਾਂ ਯੂਐਸਏ ਦੇ ਲਈ ਵੀਜ਼ਾ ਅਪਲਾਈ ਕਰ ਰਹੇ ਹਾਂ ਉਹਨੂੰ ਕਹਿੰਦੇ ਕੀ ਆ? ਕਿਹੜਾ ਵੀਜ਼ਾ ਮਤਲਬ ਤੁਸੀਂ ਅਪਲਾਈ ਕਰਨਾ ਹੁੰਦਾ ਵਾ? ਸੋ ਇਸ ਵੀਜ਼ੇ ਨੂੰ ਕਹਿੰਦੇ ਆ F1 ਵੀਜ਼ਾ। ਸੋ F1 ਵੀਜ਼ੇ ਦੇ ਥਰੂ ਤੁਸੀਂ ਸਭ ਸਾਰਾ ਆਪਦਾ ਪ੍ਰੋਸੈਸ ਜਿਹੜਾ ਕਰਨਾ ਹੁੰਦਾ। ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਸਟੈਪ 1 ਤੋਂ ਲੈ ਕੇ ਸਟੈਪ ਐਂਡ ਤੱਕ ਇਹਦੇ ਵਿੱਚ ਕੀ ਕੀ ਚੀਜ਼ਾਂ ਜਿਹੜੀਆਂ ਸ਼ਾਮਿਲ ਹੁੰਦੀਆਂ ਨੇ, ਕੀ ਕੀ ਚੀਜ਼ਾਂ ਤੁਸੀਂ ਸ਼ੋਅ ਕਰਨੀਆਂ ਹੁੰਦੀਆਂ ਨੇ, ਕਿਵੇਂ ਤੁਸੀਂ ਇਹ ਵੀਜ਼ਾ ਲੈ ਸਕਦੇ ਹੋ। ਸੋ ਜਿਹੜਾ F1 ਵੀਜ਼ਾ ਹੁੰਦਾ ਵਾ, ਜੇ ਤੁਸੀਂ ਐਲੀਮੈਂਟਰੀ ਲੈਵਲ ਦੀ ਐਜੂਕੇਸ਼ਨ ਕਰਨੀ ਆ, ਤੁਸੀਂ ਗ੍ਰੈਜੂਏਸ਼ਨ ਕਰਨੀ ਆ, ਤੁਸੀਂ ਡਿਗਰੀ ਕਰਨੀ ਆ, ਅਤੇ ਤੁਸੀਂ ਇੰਟਰਨੈਸ਼ਨਲ ਸਟੂਡੈਂਟ ਹੋ, ਅਤੇ ਤੁਸੀਂ ਇਹੀ ਵੀਜ਼ਾ ਅਪਲਾਈ ਕਰਨਾ, ਮਤਲਬ ਕੋਈ ਹੋਰ ਵੀਜ਼ਾ ਨਹੀਂ ਹੈਗਾ ਤੁਹਾਡੇ ਵਾਸਤੇ। ਸੋ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਦੇ ਲਈ ਐਲੀਜੀਬਲ ਕੌਣ ਕੌਣ ਆ, ਅਤੇ ਕੀ ਕੀ ਇਹਦੇ ਸਟੈਪਸ ਆ, ਅਤੇ ਕੀ ਕੀ ਤੁਸੀਂ ਸ਼ੋਅ ਕਰਨਾ ਵਾ। ਸੋ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ ਵੀ ਤੁਸੀਂ ਆਪਣਾ ਇਹ ਪ੍ਰੋਸੈਸ ਸਟਾਰਟ ਕਿਵੇਂ ਕਰਨਾ ਹੈਗਾ, ਅਤੇ ਕੀ ਕੀ ਐਲੀਜੀਬਿਲਟੀਜ਼ ਆ, ਕਿਉਂਕਿ ਐਲੀਜੀਬਿਲਟੀ ਦਾ ਜਾਣਨਾ ਬਹੁਤ ਜ਼ਰੂਰੀ ਹੁੰਦਾ ਕੋਈ ਵੀ ਪ੍ਰੋਸੈਸ ਸ਼ੁਰੂ ਕਰਨ ਤੋਂ ਪਹਿਲਾਂ, ਕਿਉਂਕਿ ਇਹ ਨਾ ਹੋਵੇ ਕਿ ਤੁਸੀਂ ਪ੍ਰੋਸੈਸ ਸ਼ੁਰੂ ਕਰ ਲਵੋ ਤਾਂ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਮੈਨੂੰ ਕੀ ਕੀ ਕਾਗਜ਼ ਪੱਤਰ ਚਾਹੀਦੇ ਆ ਅਤੇ ਕੀ ਕੀ ਚਾਹੀਦਾ ਵਾ। ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਵਾ, ਤੁਸੀਂ ਐਡਮਿਟਿਡ ਹੋਣਾ ਵਾ SEVP ਅਸੈਪਟਿਡ ਇੰਸਟੀਟਿਊਸ਼ਨ ਦੇ ਵਿੱਚ। ਹੁਣ ਤੁਸੀਂ ਕਹਿੰਦੇ ਹੋ ਕਿ SEVP ਕੀ ਆ? ਸੋ ਇਹ ਬੇਸਿਕਲੀ ਹੈਗਾ ਵਾ ਸਟੂਡੈਂਟ ਐਕਸਚੇਂਜ ਵਿਜ਼ਟਰ ਪ੍ਰੋਗਰਾਮ ਆ, ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਆ। ਇਹਦੇ ਵਿੱਚ ਲਿਸਟ ਆਫ ਕਾਲਜ ਯੂਨੀਵਰਸਿਟੀਜ਼ ਦੱਸੇ ਜਾਂਦੇ ਆ ਜਿਹਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਆ ਉਹ ਐਡਮਿਸ਼ਨ ਲੈ ਸਕਦੇ ਆ। ਪਰ ਜਦੋਂ ਵੀ ਤੁਸੀਂ USA ਦੇ ਲਈ ਵੀਜ਼ਾ ਅਪਲਾਈ ਕਰਨਾ ਵਾ ਤਾਂ ਆਲਵੇਜ਼ ਚੈੱਕ ਕਰੋ ਕਿ ਜਿਹੜੇ ਯੂਨੀਵਰਸਿਟੀ ਕਾਲਜ ਦੇ ਵਿੱਚ ਤੁਸੀਂ ਅਪਲਾਈ ਕਰ ਰਹੇ ਹੋ ਉਹ SEVP ਦੀ ਲਿਸਟ ਦੇ ਵਿੱਚ ਹੈਗਾ ਵਾ, ਕਿਉਂਕਿ ਜੇ ਉਹ ਨਹੀਂ ਹੈਗਾ ਫਿਰ ਤੁਹਾਡਾ ਵੀਜ਼ਾ ਨਹੀਂ ਆਊਗਾ। ਸੇਮ ਲਾਈਕ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਕੈਨੇਡਾ ਦੇ ਵਿੱਚ DLI ਅਪਰੂਵਡ ਕਾਲਜ ਹੈਗੇ ਆ ਜਾਂ ਨਹੀਂ ਹੈਗੇ, ਇਸ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰ ਲੈਣਾ ਵੀ ਤੁਹਾਡੀ ਜਿਹੜੀ ਯੂਨੀਵਰਸਿਟੀ ਜਾਂ ਕਾਲਜ SEVP ਦੇ ਅੰਡਰ ਆਉਂਦੀ ਹੈ ਜਾਂ ਨਹੀਂ ਆਉਂਦੀ। ਸੋ ਤੁਸੀਂ ਆਪਣੀ ਐਡਮਿਸ਼ਨ ਲੈਣੀ ਆ ਉੱਥੇ, ਤੁਸੀਂ ਆਪਣੇ ਡਾਕੂਮੈਂਟਸ ਉਸ ਯੂਨੀਵਰਸਿਟੀ ਨੂੰ ਜਾਂ ਕਾਲਜ ਨੂੰ ਭੇਜਣੇ ਆਗੇ, ਉਸ ਤੋਂ ਬਾਅਦ ਕਾਲਜ ਤੋਂ ਤੁਹਾਨੂੰ ਅਪਰੂਵਲ ਆ ਜਾਣੀ ਹੈਗੀ। ਸੋ ਤੁਸੀਂ ਇਹ ਵੀ ਚੀਜ਼ ਚੈੱਕ ਕਰਨੀ ਹੈ ਕਿ ਜਦੋਂ ਵੀ ਤੁਸੀਂ ਇਨਰੋਲ ਹੋ ਰਹੇ ਹੋ, ਐਡਮਿਸ਼ਨ ਲੈ ਰਹੇ ਹੋ, ਤਾਂ ਤੁਸੀਂ ਐਜ਼ ਅ ਫੁੱਲ ਟਾਈਮ ਜਿਹੜੇ ਸਟੂਡੈਂਟ ਆ ਉਹ ਐਡਮਿਸ਼ਨ ਲੈਣੀ ਆ। ਦੇਨ ਤੀਜੇ ਨੰਬਰ 'ਤੇ ਗੱਲ ਆਉਂਦੀ ਹੈ ਕਿ ਤੁਸੀਂ ਆਪਣੀ ਸਟਰੋਂਗ ਟਾਈਜ਼ ਸ਼ੋਅ ਕਰਨੇ ਆ। ਸਟਰੋਂਗ ਟਾਈਜ਼ ਦਾ ਮਤਲਬ ਕੀ ਹੁੰਦਾ ਵਾ ਕਿ ਤੁਸੀਂ ਇਹ ਚੀਜ਼ ਸ਼ੋਅ ਕਰਨੀ ਆ ਕਿ ਮੈਂ ਫਾਈਨੈਂਸ਼ਲੀ ਬਹੁਤ ਵਧੀਆ ਵਾਂ, ਅਤੇ ਮੈਂ ਆਪਣੀ ਸਟੱਡੀ ਖਤਮ ਕਰਕੇ ਜਿਹੜਾ ਵਾ ਵਾਪਸ ਆਪਣੀ ਹੋਮ ਕੰਟਰੀ ਦੇ ਵਿੱਚ ਚਲੇ ਜਾਊਂਗਾ, ਕਿਉਂਕਿ ਇਹ ਤੁਹਾਨੂੰ ਸਾਰੇ ਕਿਤੇ ਸ਼ੋਅ ਕਰਨੇ ਪੈਂਦੇ ਆ ਕਿ ਸਟਰੋਂਗ ਟਾਈਜ਼ ਤੁਹਾਨੂੰ ਕੈਨੇਡਾ ਦੇ ਲਈ ਵੀ ਸ਼ੋਅ ਕਰਨੇ ਪੈਂਦੇ ਆ। ਸੋ ਜੇ ਤੁਸੀਂ ਨਹੀਂ ਸ਼ੋਅ ਕਰਦੇ ਤਾਂ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਕਈ ਵਾਰ ਰਿਜੈਕਟ ਵੀ ਹੋ ਜਾਂਦਾ ਇਹ ਕਾਰਨ ਕਰਕੇ। ਹਾਂਜੀ, ਸੋ ਹੁਣ ਸਭ ਪਹਿਲੀ ਚੀਜ਼ ਆ ਗਈ ਤੁਹਾਡਾ ਇਹ ਅਪਰੂਵਲ ਲੈਣੀ ਹੈ ਤੁਸੀਂ ਯੂਨੀਵਰਸਿਟੀ ਤੋਂ। ਸੋ ਨੈਕਸਟ ਪ੍ਰੋਸੈਸ ਕੀ ਹੁੰਦਾ ਗਾ, ਤੁਸੀਂ ਆਪਣਾ DS-160 ਫੋਰਮ ਫਿਲ ਆਊਟ ਕਰਨਾ। ਸੋ ਤੁਸੀਂ ਇਹ ਫੋਰਮ ਇਹ ਤਾਂ ਵੀ ਸੁਣਿਆ ਹੋਣਾ ਜਦੋਂ ਵੀ ਕਿਤੇ ਆਪਾਂ USA ਦਾ ਵਿਜ਼ਟਰ ਵੀਜ਼ਾ ਲਾਉਣੇ ਆ ਤਾਂ ਵੀ ਆਪਾਂ ਨੂੰ DS-160 ਫੋਰਮ ਫਿਲ ਕਰਨਾ ਪੈਂਦਾ। ਅੱਗੇ ਤੁਸੀਂ ਇੰਗਲਿਸ਼ ਦੀ ਵੀ ਪ੍ਰੋਫੀਸ਼ੈਂਸੀ ਸ਼ੋਅ ਕਰਨੀ ਆ। ਪ੍ਰੋਫੀਸ਼ੈਂਸੀ ਦਾ ਮਤਲਬ ਆ ਕਿ ਤੁਸੀਂ ਇਹ ਚੀਜ਼ ਸ਼ੋਅ ਕਰਨੀ ਹੈ ਕਿ ਮੈਂ ਵਧੀਆ ਇੰਗਲਿਸ਼ ਬੋਲ ਵੀ ਲੈਂਦਾ ਵਾ ਅਤੇ ਸਮਝ ਵੀ ਲੈਂਦਾ ਵਾ, ਅਤੇ ਜੇ ਤੁਹਾਡੇ ਕੋਲ ਆਸ ਤੁਸੀਂ ਕੀਤੀ ਹੋਈ ਆ ਤਾਂ ਉਹ ਵੀ ਵਧੀਆ ਵਾ, ਤੁਸੀਂ ਉਹ ਵੀ ਦਿਖਾ ਸਕਦੇ ਹੋ ਕਿ ਉਹਨਾਂ ਨੂੰ ਪ੍ਰੂਫ ਹੋ ਜਾਊਗਾ ਕਿ ਹਾਂ ਬੰਦੇ ਨੂੰ ਇੰਗਲਿਸ਼ ਆਉਂਦੀ ਆ। ਸੋ ਉਸ ਤੋਂ ਬਾਅਦ ਕੀ ਆ ਕਿ ਆਪਾਂ ਇਹ ਵੀ ਸ਼ੋਅ ਕਰਨਾ ਹੁੰਦਾ ਕਿ ਮੇਰੇ ਘਰ ਦੇ ਜਿਹੜੇ ਹੈਗੇ ਉਹ ਫੀਸਾਂ ਪੇ ਕਰ ਸਕਦੇ ਆ। ਸੋ ਉਹਦੇ ਵਿੱਚ I-20 ਫੋਰਮ ਜਿਹੜਾ ਉਹ ਫਿੱਲ ਹੋਣਾ, ਉਸ I-20 ਫੋਰਮ ਦੇ ਵਿੱਚ ਤੁਹਾਡੇ ਘਰਦਿਆਂ ਦੀਆਂ 3 ਸਾਲਾਂ ਦੀਆਂ ਬੈਂਕ ਸਟੇਟਮੈਂਟ ਲੱਗਣੀਆਂ ਨੇ ਕਿ ਹਾਂਜੀ ਵੀ ਮੇਰੇ ਘਰ ਦੇ ਜਿਹੜੇ ਹੈਗੇ ਉਹ ਮੇਰਾ ਖਰਚਾ ਝੱਲਣਗੇ ਅਤੇ ਮੇਰੀਆਂ ਫੀਸਾਂ ਜਿਹੜੀਆਂ ਉਹ ਪੇ ਕਰਨਗੇ। ਉਹਦੇ ਵਿੱਚ ਬੈਂਕ ਸਟੇਟਮੈਂਟ ਹੋ ਗਈ ਅਤੇ ਨਾਲ ਹੋਰ ਕੀ ਚੀਜ਼ ਹੈਗੀ, ਟੈਕਸ, ਹਾਂ ਨਾਲ ਟੈਕਸ ਦਾ ਲੱਗਣਾ ਹੈਗਾ। ਸੋ ਇਹ ਸਾਰੀਆਂ ਚੀਜ਼ਾਂ I-20 ਫੋਰਮ ਦੇ ਵਿੱਚ ਲੱਗਣੀਆਂ। ਹੁਣ ਉਸ ਤੋਂ ਬਾਅਦ ਵੀਜ਼ਾ ਕਦੋਂ ਮਿਲਣਾ ਹੈਗਾ, ਹੈ ਨਾ, ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸਿਆ ਸੀਗਾ DS-160 ਫੋਰਮ ਤੁਸੀਂ ਫਿੱਲ ਕਰਨਾ। ਸੋ ਤੁਹਾਡੇ ਕੋਲ DS-160 ਫੋਰਮ ਦਾ ਉਹ ਪ੍ਰਿੰਟ ਆਊਟ ਹੋਣਾ ਚਾਹੀਦਾ, ਤੁਹਾਡੇ ਕੋਲ ਤੁਹਾਡਾ ਪਾਸਪੋਰਟ, ਤੁਹਾਡੇ ਕੋਲ ਤੁਹਾਡੀਆਂ ਫੋਟੋ ਹੈ ਨਾ, ਇਹ ਹੋਣੀਆਂ ਚਾਹੀਦੀਆਂ ਪਾਸਪੋਰਟ ਸਾਈਜ਼ ਫੋਟੋਜ਼। ਤੁਸੀਂ ਆਪਣੀ ਇੱਕ ਆਨਲਾਈਨ ਇੰਟਰਵਿਊ ਜਿਹੜੀ ਹੈਗੀ ਉਹ ਤੁਸੀਂ ਬੁੱਕ ਕਰਨੀ ਆ। ਜਿਵੇਂ ਆਪਾਂ ਕੈਨੇਡਾ ਤੋਂ ਅਮੈਰੀਕਾ ਦਾ ਵੀਜ਼ਾ ਲਾਉਣੇ ਆ ਨਾ, ਵਿਜ਼ਟਰ ਵੀਜ਼ਾ, ਉਦੋਂ ਵੀ ਆਪਾਂ ਨੂੰ ਆਪਣੀ ਜਿਹੜੀ ਇੰਟਰਵਿਊ ਹੁੰਦੀ ਹੈਗੀ ਸੇਮ ਹੀ ਤੁਸੀਂ ਇੰਡੀਆ ਤੋਂ ਇਹ ਵਾਲੀ ਇੰਟਰਵਿਊ ਬੁੱਕ ਕਰਨੀ ਆ। ਜਦੋਂ ਤੁਸੀਂ ਇੰਟਰਵਿਊ ਬੁੱਕ ਕਰ ਲਈ ਉਸ ਦਿਨ ਤੁਹਾਡਾ ਰਿਜ਼ਲਟ ਹੋਊਗਾ।
रिजल्ट बेस पर होगा भी थोड़े थोड़े तो जी इंटरव्यू ली जाऊगी वो डिपेंड करता भी तुम वो क्लीयर कर पाने कि नहीं पाने। बेसिकली उस इंटरव्यू के होंगे की आडे तो थोड़े बारे पूछा जाता भी हाँ जी तुम क्यों यू एस ए भी स्टडी कर जा रहे हो। बेसिकली उन्होंने थोड़ी इंग्लिश चैक करनी या थोड़ा परपस चैक करना भी तुम किस परपस के लिए उत्थे जा रहे हो कि तुम वापस अपनी होम कंट्री आवोगे ज नहीं आवोगे। सो जेकर थोड़ी वो इंटरव्यू क्लीयर हो जाती है तो पासपोर्ट उत्थे रख लिया जाता तो थोड़ू मतलब कि वीज़ा मिल जाता है ना। बट जेकर तुसी उत्थे कोई गड़बड़ करती तो तुहाडा वीज़ा नहीं लगना। पासपोर्ट दे दिंदे आ जे पासपोर्ट दे दित्ता मतलब वीज़ा नहीं लगेगा। हाँ सो बेसिकली की आ भी ज़्यादातर लोग क्यों नहीं अपलाई करते उत्थों दे यू एस ए का ज़्यादा क्वालीफाई लोग अपलाई करते हैं जिन्हों पता कि असं इंटरव्यू क्रैक कर लाँगे पर अपने लोग की आप उदा ही शाई होंने आप नहीं इंटरव्यू ज़्यादा दित्तियां होंदियां इंडिया दे विच भी ते आपां नूं हुंदा भी शायद मेरे तो इंटरव्यू जिहड़ी आ ओह क्लीयर नहीं होनी। वैसे भी स्टडी उत्थे एक्सपेंसिव होगी क्योंकि डॉलर रेट दे हिसाब दे नाल ही ता फीस जाणी आ। हाँ सो फीस भी ज़्यादा होंदी आ डॉलर रेट जिहड़ा उत्थे यू एस ए का चलता इस करके ज़्यादातर लोग जिहड़े यू एस ए का वीज़ा स्टडी वीज़ा अपलाई नहीं करते उही करते हैं जिन्हां दी जिहड़ा फाइनैंशियल सिचुएशन बहुत स्ट्रोंग होंदी आ जां जिन्हां कोले कॉन्फिडेंस होंदा भी हाँ असीं इंटरव्यू क्रैक कर लांगे। बाकी वीज़ा उत्थों दा लगता ही नहीं हैगा वीज़ा नहीं लगता उत्थों दी स्टडी मैं लगता ज़्यादा वधिया हैगी एज़ कंपेयर टू होर कितें क्योंकि उत्थे यूनीवर्सिटीज़ बहुत वधिया ने नाले कि जिहड़े कैनेडियन जिहड़े बॉर्डर बच्चे आ ज़्यादातर है ना लोग उत्थे स्टडी करन जांदे ने डॉक्टरी दी स्टडी हो गई है ना क्योंकि उत्थे इह चीज़ ज़्यादा वधिया हैगी क्योंकि यू एस ए तां वैसे भी डिवेलप्ड आ ना उत्थे तां मतलब सारा कुछ ही बैटर आ ना। सो उह तां ऑबवियस है कि स्टडी वाइज भी जिहड़ा अपने नालों अगे होगा। पर साडा इह वीडियो बनाउण दा मकसद इह सीगा कि बहुत लोकां नूं पता नहीं हुंदा कई जाणदे चाहवन भी हुंदे आ कईआं नूं पता नहीं हुंदा। सो असीं तुहानूं राह दस्सी बाकी डिसीजन थोड़े ते अभी कैनेडा आना ऑस्ट्रेलिया आना या यूएसए आना। हाँ जी सो तुसी यूएसए का भी अप्लाई कर सकते होंगे। बाकी फिर तुहानूं मैं दस्सदा वी इहदा लिंक जिहड़ा असीं डिस्क्रिप्शन दे विच पा दांगे उत्थों तुसीं प्रॉपर सारी जानकारी लै सकते हो। ये सारे वीज़े नूं F1 वीज़ा कहा जाता तो उम्मीद करदा तुहानूं सारी चीज़ पता लग गई होनी आ। मिलदे आ फिर आपां इक नवीं वीडियो दे नाल सारयां नूं। सत श्री अकाल।